ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਜੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਅਸੀਂ ਇਸ ਸਮੇਂ ਖੜੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਜਿੱਥੇ ਸਾਹਿਬੇ ਕਮਾਲ ਦਸ਼ਮ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵਿਛੜ ਗਿਆ ਸੀ पवित्र ते पावन स्थान है गुरुद्वारा परिवार विछोड़ा साहिब जिथे 6 और 7 रात दी पोह महीने दी रात नू गुरु गोबिंद सिंह जी ने किला आनंदगढ़ साहब आनंदपुर साहिब छड़ दिता सी जिस तो बाद तुरदे तुरदे ओ अपने घोड़सवार ते सिंघां दे नाल श्री आनंदपुर साहिब तो चलदे वेले इत्थे पुज्जे सन ते अमृत वेले आसा दी वार दा कीर्तन जदो हो रहा सी तां उदो अचानक 22 धार पहाड़े राजे ते मुगल फौजां ने कसमा तोड़ के गुरु साहिब अते सिंघां दे उत्ते हमला बोल दिता सी। ए हमला बोलदे होए इस धर्म दे विच जो भाई उदय सिंह सी ते अनेक होर सिंह जो नाल सी उन्हां दीआं शहीदियां हो गईआं सन ते इस मुख निशान ते ਇੱਥੇ ਦਸਮ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜੋ ਹੈ ਤਿੰਨ ਭਾਗਾਂ ਦੇ ਵਿੱਚ ਵੰਡ ਗਿਆ ਸੀ ਕਿਉਂਕਿ ਇਸ ਦੇ ਨਾਲ ਹੀ ਸਰਸਾ ਨਦੀ ਹੈ। ਸਰਸਾ ਨਦੀ ਜੋ ਹੈ ਆਪਣੇ ਪੂਰੇ ਜੋਬਨ 'ਤੇ ਸੀ। ਸਰਸਾ ਨਦੀ ਦੇ ਵਿੱਚ ਉਸਨੂੰ ਪਾਰ ਕਰਕੇ ਗੁਰੂ ਸਾਹਿਬ ਨੇ ਆਪਣੇ ਘੋੜਿਆਂ ਅਤੇ ਆਪਣੇ ਘੋੜਸਵਾਰਾਂ ਦੇ ਨਾਲ ਅੱਗੇ ਨੂੰ ਜਾਣਾ ਸੀ ਅਤੇ ਇਹ ਪਰਿਵਾਰ ਸਰਸਾ ਨਦੀ ਕਾਰਨ ਹੀ ਜਦੋਂ ਉਸਨੂੰ ਪਾਰ ਕਰਨਾ ਸੀ ਤਾਂ ਵਿਛੜ ਗਿਆ ਸੀ ਕਿਉਂਕਿ ਤਿੰਨ ਭਾਗਾਂ ਦੇ ਵਿੱਚ ਪਰਿਵਾਰ ਵਿਛੜ ਗਿਆ ਸੀ। ਇਸੀ ਯਾਦ ਨੂੰ ਮੁੜ ਤੋਂ ਤਾਜ਼ਾ ਕਰਦੇ ਹੋਏ ਸਿੱਖ ਪੰਥ ਦੇ ਵਿੱਚ ਸ਼ਹੀਦੀ ਪੰਦਰਵਾੜਾ ਮਨਾਏ ਜਾਂਦੇ ਨੇ ਜਿਨ੍ਹਾਂ ਦਾ ਆਗਾਜ਼ ਪਰਿਵਾਰ ਵਿਛੋੜਾ ਸਾਹਿਬ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਨ ਤੋਂ ਬਾਅਦ ਇੱਥੇ ਜੋ ਹੈ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇ ਨਾਲ ਇਹ ਪਰਿਵਾਰ ਵਿਛੋੜਾ ਸਾਹਿਬ ਦੇ ਵਿੱਚ ਕੀਤਾ ਜਾਂਦਾ ਹੈ ਅਤੇ ਨਾਲ ਹੀ ਇੱਥੇ ਅਖੰਡ ਪਾਠ ਸਾਹਿਬ ਦੇ ਪਾਠ ਜੋ ਹੈ ਆਰੰਭ ਕਰਨ ਤੋਂ ਬਾਅਦ ਇਸ ਉਸ ਪਾਵਨ ਪਵਿੱਤਰ ਸਥਾਨ 'ਤੇ ਆ ਕੇ ਆਪਣੇ ਪਰਿਵਾਰ ਦੇ ਨਾਲ ਸੰਗਤਾਂ ਇੱਥੇ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਣ ਦੇ ਲਈ ਆਉਂਦੀਆਂ ਨੇ। ਆਓ ਅਸੀਂ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਦਸਮ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡ ਗਿਆ ਸੀ। ਆਪ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇਹ ਉਹ ਸਥਾਨ ਹੈ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਗੜ੍ਹ ਦਾ ਕਿਲ੍ਹਾ ਛੱਡ ਕੇ ਇਸ ਸਥਾਨ 'ਤੇ ਪਹੁੰਚੇ ਸਨ। ਇੱਕ ਪਾਸੇ ਪਹਾੜੀ ਫੌਜਾਂ ਮੁਗਲ ਫੌਜਾਂ ਯੁੱਧ ਹੋ ਰਿਹਾ ਸੀ। ਪਹਾੜੀ ਫੌਜਾਂ ਮੁਗਲ ਫੌਜਾਂ ਨੇ ਝੂਠੀਆਂ ਕਸਮਾਂ ਤੋੜ ਕੇ ਜਿਹੜੀਆਂ ਪਹਾੜੀ ਫੌਜਾਂ ਸਨ ਉਹਨਾਂ ਨੇ ਆਟੇ ਦੀ ਗਊ ਬਣਾ ਕੇ ਕਸਮਾਂ ਖਾਧੀਆਂ ਸੀ ਅਤੇ ਮੁਗਲ ਫੌਜਾਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਸੀ। ਕਸਮਾਂ ਤੋੜ ਕੇ ਫਿਰ ਵੀ ਗੁਰੂ ਸਾਹਿਬ ਜੀ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਕਾਫਲਾ ਤੁਰਦਾ ਤੁਰਦਾ ਜਦੋਂ ਇਸ ਸਥਾਨ 'ਤੇ ਪਹੁੰਚਿਆ ਅਤੇ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ, ਆਸਾ ਦੀ ਵਾਰ ਦਾ ਕੀਰਤਨ ਦਾ ਸਮਾਂ ਹੋ ਚੁੱਕਿਆ ਸੀ, ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਅਤੇ ਜੋ ਫੌਜਾਂ ਸਨ ਜੋ ਆਪਣਾ ਉਹਨਾਂ ਦਾ ਪਰਿਵਾਰ ਨਾਲ ਸੀ ਉਹਨਾਂ ਨੇ ਕਿਹਾ ਕਿ ਆਸਾ ਦੀ ਵਾਰ ਦਾ ਕੀਰਤਨ ਇੱਥੇ ਕੀਤਾ ਜਾਏ। ਜਦੋਂ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਉੱਧਰੋਂ ਯੁੱਧ ਸ਼ੁਰੂ ਹੋ ਚੁੱਕਿਆ ਸੀ। ਜਿੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਗਿਆ ਆਖਰੀ ਵਾਰ ਪਰਿਵਾਰ ਇੱਥੇ ਇਕੱਠਾ ਸੀ। ਫਿਰ ਅੱਗੇ ਸਰਸਾ ਵਗਦੀ ਸੀ, ਸਮਾਪਤੀ ਦੇ ਉਪਰੰਤ ਸਰਸਾ ਨਦੀ ਪਾਰ ਕਰਦਿਆਂ ਪਰਿਵਾਰ ਵਿਛੜ ਗਿਆ ਸੀ। ਇਹ ਉਹੀ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਪਰਿਵਾਰ ਆਖਰੀ ਵਾਰ ਇਕੱਠਾ ਸੀ, ਉਪਰੰਤ ਸਰਸਾ ਨਦੀ ਪਾਰ ਕਰਦਿਆਂ ਪਰਿਵਾਰ ਵਿਛੜ ਗਿਆ ਸੀ। ਗੁਰੂ ਸਾਹਿਬ ਜੀ ਦੀਆਂ ਪਿਆਰੀਆਂ ਸੰਗਤਾਂ ਇਸ ਸਥਾਨ 'ਤੇ ਆ ਕੇ ਦਰਸ਼ਨ ਦਾਰੇ ਕਰਦੀਆਂ ਹਨ ਅਤੇ ਉਸ ਸਮੇਂ ਨੂੰ ਯਾਦ ਕਰਕੇ ਨਤਮਸਤਕ ਹੁੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੁਵੇਸ਼ ਲਟਾਵਾ, ਸ਼੍ਰੀ ਅਨੰਦਪੁਰ ਸਾਹਿਬ।